हाँ जी, वाहेगुरु जी का खालसा जी, वाहेगुरु जी की फतेह। असी खड़े हाँ जी फरीदकोट, फरीदकोट दे विच अज पहुंचे हाँ जिथे कि साडे प्रधान सरदार जगजीत सिंह डल्लेवाल जी मरण वास्ते बैठे हुए ने। उही दिल्ली अरगा माहौल, जिवें कि असी दिल्ली दी धौण दी धौण दे विचों कीला कढ के आए सी मोदी दे, उही धौण दे विच कीला जिहड़ा पंजाब दी सरकार दे फसिया होया, उही धौण चो कीला हुण कढण दे लई किसान दुआरे सड़कां ते आ उतरे आ। ते आ तुसीं देख सकदे हो कि दिल्ली अरगा माहौल है। साडे भरा ने जिहड़े ट्रैक्टर ट्रालियां लै के ਇੱਥੇ ਬੈਠੇ ਹੈਗੇ ਅਤੇ ਪੱਕਾ ਮੋਰਚਾ ਲਾਇਆ ਹੋਇਆ ਜੀ, ਤੁਸੀਂ ਦੇਖ ਸਕਦੇ ਹੋ ਪੱਕਾ ਮੋਰਚਾ। ਸਟੇਜ ਆ ਜਿਹੜੀ ਉਹ ਚੱਲ ਪੈਣੀ ਹੈ, ਪੱਕੇ ਮੋਰਚੇ ਦੇ ਭਰਾ ਸਾਡੇ ਜਿਹੜੇ ਪਹੁੰਚੇ ਨੇ ਧੰਨਵਾਦ ਸਰਕਾਰ ਤੋਂ ਮੰਗਾਂ ਮਨਵਾਉਣ ਦੇ ਲਈ। ਜੇਕਰ ਸੜਕਾਂ ਮੱਲਣੀਆਂ ਪੈਣ ਤਾਂ ਕਿਸਾਨ ਸੜਕਾਂ 'ਤੇ ਆ ਜਾਂਦੇ ਆ, ਪਰ ਸਰਕਾਰਾਂ ਚਾਹੁੰਦੀਆਂ ਨੇ, ਆ ਬਾਪੂਆਂ ਦਾ ਜੀ ਨਹੀਂ ਕਰਦਾ ਕਿ ਆ ਕੇ ਸੜਕਾਂ 'ਤੇ ਰੋਲਣ। ਜਿਹੜਾ ਭਗਵੰਤ ਮਾਨ ਬਿਆਨ ਦੇ ਦਿੰਦਾ ਕਿ ਇਹ ਸੜਕਾਂ 'ਤੇ ਬਹਿ ਜਾਂਦੇ ਆ, ਆ ਬਾਪੂਆਂ ਦੀ ਉਮਰਾਂ ਹੁਣ ਘਰੇ ਬੈਠਣ ਦੀ ਸੀ, ਪਰ ਅੱਜ ਇਹ ਵਿਚਾਰੇ ਸੜਕਾਂ 'ਤੇ ਬੈਠੇ ਆ। ਇਹ ਦੇਖਣ ਵਾਲੀਆਂ ਗੱਲਾਂ ਨੇ ਬਾਈ ਜੀ। ਲੰਗਰ ਪਾਣੀ ਦਾ ਪ੍ਰਬੰਧ ਵੀ ਕਰਨਾ ਹੁੰਦਾ। ਕਿਵੇਂ ਹੋ ਬਾਪੂ ਜੀ, ਕਿੱਥੋਂ ਆਏ ਹੋ ਜੀ, ਕਿੰਨੇ ਦਿਨ ਹੋ ਗਏ ਇੱਥੇ ਬੈਠਿਆਂ ਨੂੰ ਜੀ? ਅੱਛਾ, ਇੱਥੇ ਲਗਾਤਾਰ? ਅੱਛਾ, ਆਪਦੀ ਟਰਾਲੀ ਲੈ ਕੇ ਆਏ ਹੋ? ਪੱਕੇ ਮੋਰਚੇ ਲਾਤੇ ਜੀ ਆ ਕੇ? ਬਿਲਕੁਲ, ਜਦੋਂ ਤੱਕ ਜਿਹੜੀਆਂ ਮੰਗਾਂ ਨੇ ਮੰਨੀਆਂ ਨਹੀਂ ਜਾਂਦੀਆਂ, ਇੱਥੇ ਸਾਥ ਦਿੰਦੇ ਰਹੋਗੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ? ਅੱਛਾ, ਹੋਰ ਵੀ ਪੰਜਾਬ 'ਚ ਮਤਲਬ ਸੰਦੇਸ਼ ਦਿੰਦੇ ਹੋ? ਜਿਹੜਾ ਭਗਵੰਤ ਮਾਨ ਕਹਿੰਦਾ ਵੀ ਇਹ ਸੜਕਾਂ ਰੋਕ ਕੇ ਬਹਿ ਜਾਂਦੇ ਆ ਜਾਂ ਵਿਕ ਜਾਂਦੇ ਆ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮਾੜਾ ਕੰਮ ਆ ਜੀ, ਹੁਣ ਤਾਂ ਖਰਾਬ ਹੀ ਸੜਕ ਦੀ ਬਣ ਜਾ ਰਿਹਾ। ਹੁਣ ਜੇ ਪਰਚੀ ਮਿਲਦਾ ਕਿਸਾਨਾਂ ਨੂੰ ਦੱਸਦਾ। ਹਾਂ, ਧਰਨੇ 'ਚੋਂ ਨਿਕਲੀ ਹੋਈ ਪਾਰਟੀ ਹੈ, ਦੇਖ ਲਓ। ਆਹ ਦੇਖ ਸਕਦੇ ਹੋ ਤੁਸੀਂ, ਇਹ ਜਿਹੜੇ ਬਾਪੂ ਹੈ ਸਾਡੇ ਬੈਠੇ ਆ। ਮੈਂ ਤੁਹਾਨੂੰ ਹੋਰ ਵੀ ਮਾਹੌਲ ਦਿਖਾ ਦੇਵਾਂ ਕਿ ਇੱਥੇ ਜਿਹੜੇ ਲੋਕ ਨੇ ਬਿਲਕੁਲ ਟਰਾਲੀਆਂ ਤਿਆਰ ਕਰਕੇ ਜਿਵੇਂ ਦਿੱਲੀ ਦੀਆਂ ਸੜਕਾਂ 'ਤੇ ਬੈਠੇ ਸੀ ਉਸੇ ਤਰ੍ਹਾਂ ਹੀ ਅੱਜ ਇੱਥੇ ਸੜਕਾਂ 'ਤੇ ਮਤਲਬ ਬੈਠੇ ਹੈਗੇ ਲੋਕ, ਤੁਸੀਂ ਦੇਖ ਸਕਦੇ ਹੋ। ਕਿਵੇਂ ਹੋ ਜੀ, ਚੜ੍ਹਦੀ ਕਲਾ 'ਚ ਕਿਵੇਂ ਆ ਮਾਹੌਲ ਡੱਲੇਵਾਲ ਸਾਹਿਬ, ਚੜ੍ਹਦੀ ਕਲਾ 'ਚ ਨੂੰ ਮਨਾ ਕੇ ਹਟੋਂਗੇ ਸਰਕਾਰ ਨੂੰ? ਦੇਖ ਸਕਦੇ ਹੋ ਬਾਈ ਜੀ, ਜਿਵੇਂ ਦਿੱਲੀ ਦੀਆਂ ਸੜਕਾਂ 'ਤੇ ਲੰਗਰ ਚੱਲਦਾ ਸੀ ਉਸੇ ਤਰ੍ਹਾਂ ਫਰੀਦਕੋਟ ਜਿਹੜਾ ਰੋਡ ਆ ਇਹ 'ਤੇ ਵੀ ਲੰਗਰ ਉਸੇ ਤਰ੍ਹਾਂ ਚੱਲ ਰਿਹਾ ਜਿਵੇਂ ਦਿੱਲੀ 'ਚ ਜਾ ਕੇ ਅਸੀਂ ਲੰਗਰ ਵਰਤਾਉਂਦੇ ਸੀ, ਸੰਗਤਾਂ ਨੂੰ ਛਕਾਉਂਦੇ ਸੀ, ਉਸੇ ਤਰ੍ਹਾਂ ਇੱਥੇ ਵੀ ਸੰਗਤਾਂ ਜਿਹੜੀਆਂ ਲੰਗਰ ਲੈ ਕੇ ਪਹੁੰਚੀਆਂ ਹੋਈਆਂ ਨੇ। ਬਿਲਕੁਲ ਹੀ ਦਿੱਲੀ ਵਰਗਾ ਮਾਹੌਲ ਬਣਿਆ ਹੋਇਆ ਪੰਜਾਬ ਦੇ ਲੋਕੋ। ਜੇਕਰ ਬਚੇ ਰਹਿਣਾ, ਕਿਸਾਨੀ ਨੂੰ ਬਚਾ ਕੇ ਰੱਖਣਾ, ਤਾਂ ਅੰਦੋਲਨਾਂ ਦੇ ਵਿੱਚ ਆ ਕੇ ਤੁਹਾਨੂੰ ਸੰਘਰਸ਼ ਕਰਨੇ ਪੈਣੇ ਆ। ਅਤੇ ਆਓ ਇਕੱਠੇ ਹੋ ਕੇ ਆਪਾਂ ਬਾਈ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦਾ ਸਾਥ ਦੇਈਏ। ਅਤੇ ਮੈਂ ਤੁਹਾਨੂੰ ਮਾਹੌਲ ਹੈ ਜਿਹੜਾ ਤੁਰ ਤੱਕ ਦਿਖਾ ਦਾਂ ਕਿ ਲੋਕ ਟਰਾਲੀਆਂ ਦੇ ਵਿੱਚ ਬਿਲਕੁਲ ਉਸੇ ਤਰ੍ਹਾਂ ਆਇਆ ਜਿਸ ਤਰ੍ਹਾਂ ਬਾਈ ਦਿੱਲੀ ਗਏ ਸੀ। ਲੰਗਰ ਵੀ ਉਸੇ ਤਰ੍ਹਾਂ ਲਾਇਆ, ਤੁਸੀਂ ਦੇਖ ਸਕਦੇ ਹੋ। ਉਹੀ ਏ ਟੂ ਜੈਡ ਸਾਰੀਆਂ ਗੱਲਾਂ ਬਾਈ ਉਹੀ ਨੇ ਜਿਹੜੀਆਂ ਦਿੱਲੀ ਸੀ, ਇੱਥੇ ਲੰਗਰ ਵਰਤਾਇਆ ਜਾਂਦਾ। ਅਤੇ ਇਹ ਟਰੈਕਟਰ ਨੇ ਜਿਹੜੇ ਦਿੱਲੀ ਦੀ ਹਿੱਕ 'ਤੇ ਚਾੜੇ ਸੀ, ਉਸੇ ਤਰ੍ਹਾਂ ਬਾਈ ਇਹ ਫਰੀਦਕੋਟ ਦੀ ਧਰਤੀ 'ਤੇ ਆ ਕੇ ਅਸੀਂ ਅੱਜ ਬੈਠੇ ਹੋਏ ਹਾਂ। ਅਤੇ ਆਪਦੀਆਂ ਜਿਹੜੀਆਂ ਜਾਇਜ਼ ਉਹ ਮੰਗਾਂ ਨੂੰ ਲੈ ਕੇ, ਜਦੋਂ ਤੱਕ ਮੰਗਾਂ ਸਾਡੀਆਂ ਮੰਨੀਆਂ ਨਹੀਂ ਜਾਂਦੀਆਂ, ਤਾਂ ਇਸੇ ਤਰ੍ਹਾਂ ਇੱਥੇ ਅਸੀਂ ਬੈਠੇ ਰਹਾਂਗੇ। ਅਤੇ ਮਿਲਦੇ ਹਾਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਨੂੰ, ਬਾਕੀ ਗੱਲਾਂ ਬਾਤਾਂ ਬਾਅਦ ਦੇ ਵਿੱਚ ਕਰਦੇ ਹਾਂ। ਮਾਹੌਲ ਤੁਹਾਨੂੰ ਮੈਂ ਦਿਖਾਇਆ ਜੀ, ਸਾਡੇ ਪ੍ਰਧਾਨ ਜੀ ਆ ਗਏ ਜੀ। ਸਤਿ ਸ਼੍ਰੀ ਅਕਾਲ ਜੀ, ਠੀਕ ਹੋ ਜੀ? ਕਿਵੇਂ ਦਿਨ ਹੋ ਗਿਆ ਜੀ ਅੱਜ? ਫਿਰ ਅੱਜ 8ਵਾਂ ਦਿਨ ਹੋ ਗਿਆ। ਅੱਛਾ ਜੀ, 8ਵੇਂ ਦਿਨ ਦੇ ਵਿੱਚ ਆਪਣੇ ਜਿਹੜੇ ਪੰਜਾਬ ਦੇ ਪਿੱਛੇ ਨਾਕੇ ਆ ਜੀ, ਉਹ ਤੇ ਚੱਲ ਰਹੇ ਜੀ ਜੀ। ਦੂਜਾ ਜਿਹੜਾ ਪ੍ਰਧਾਨ ਜੀ ਮਰਵਤ ਤੇ ਬੈਠੇ ਨੇ, ਹਾਂਜੀ, ਉਹ ਕਿਉਂ ਬੈਠੇ ਨੇ? ਬਹੁਤ ਲੋਕਾਂ ਨੂੰ ਭੁਲੇਖਾ ਜੀ ਕਿ ਜਿਹੜਾ ਇੱਥੋਂ ਦਾ ਮੁੱਖ ਮੰਤਰੀ, ਹਾਂਜੀ, ਉਹ ਛੇਤੀ ਹਵਾ ਦੇ ਵਿੱਚ ਆ ਗਿਆ, ਕਿਉਂਕਿ ਆਉਣਾ ਹੀ ਚਾਹੀਦਾ ਸੀ ਜਦੋਂ ਤਾਕਤ ਆ ਤਾਕਤ ਇਹ ਲੋਕਾਂ ਨੇ ਦਿੱਤੀ ਜੀ। ਉਹਨਾਂ ਨੇ ਜਿਹੜੀ ਸ਼ਬਦਾਵਲੀ ਬੋਲੀ ਆਪਣੇ ਖਿਲਾਫ ਕਿਸਾਨਾਂ ਦੇ ਸਮੁੱਚੇ ਕਿਸਾਨ ਜੀ, ਪਤਾ ਨਹੀਂ ਜਿਹੜੇ ਜ਼ਮੀਰ ਜਿਹਦੀ ਜਾਗਦੀ ਹੁੰਦੀ ਆ ਉਹ ਲੋਕ ਉਹਨੂੰ ਕਰਦੇ ਨੇ ਕਿ ਮੁੱਖ ਮੰਤਰੀ ਨੇ ਸਾਡੇ ਖਿਲਾਫ ਬੋਲਿਆ ਹੋਵੇ ਤੇ ਅਸੀਂ ਚੁੱਪ ਕਰਕੇ ਬਹਿ ਜਾਈਏ। ਉਸ ਗੱਲ ਦੇ ਵਿੱਚੋਂ ਫਿਰ ਫੌਰੀ ਮੀਟਿੰਗ ਕਰਕੇ ਮੋਰਚੇ ਵੱਲੋਂ ਜੀ ਇਹ ਫੈਸਲਾ ਲਿੱਤਾ ਗਿਆ ਵੀ ਇਸ ਨੂੰ ਫਿਰ ਮਰਦਾ ਤੋਂ ਬਗੈਰ ਹੋਰ ਕੋਈ ਰਾਹ ਨਹੀਂ। ਉਹ ਅਸੀਂ ਅੱਜ 5ਵੇਂ ਦਿਨ ਦੇ ਵਿੱਚ ਆ ਗਏ। ਪ੍ਰਧਾਨ ਜੀ, ਇੱਕ ਮੰਗਾਂ ਦੱਸ ਦਿਓ ਪੰਜਾਬ ਦੇ ਲੋਕਾਂ ਨੂੰ, ਹੁਣ ਵੀ ਕਿਹੜੀਆਂ ਕਿਹੜੀਆਂ ਮੰਗਾਂ ਕਰਕੇ ਅਸੀਂ ਇੱਥੇ ਸੜਕਾਂ ਦੇ ਬੈਠੇ ਹੋਏ? ਦੇਖੋ, ਮੰਗਾਂ ਤਾਂ ਬੜੀਆਂ ਮੀਟਿੰਗਾਂ ਹੋ ਚੁੱਕੀਆਂ ਜੀ,
ਸਾਡੀਆਂ ਜ਼ਮੀਨਾਂ ਨੇ ਸਾਰੀਆਂ ਜ਼ਮੀਨਾਂ ਜਿਹਨੂੰ ਅਸੀਂ ਕੋਈ ਪੰਚਾਇਤੀ ਕਹਿੰਦਾ ਕੋਈ ਬਾਤ ਸਾਡੇ ਦਰਿਆਵਾਂ ਦੀਆਂ ਸਾਰਿਆਂ ਦੀਆਂ ਜਿੰਨੀਆਂ ਸਾਰੀਆਂ ਪੰਚਾਇਤੀ ਜ਼ਮੀਨਾਂ ਦੇ ਕੇ ਜਿਹੜਿਆਂ ਦੇ ਮਾਲਕੀ ਹੱਕ ਮੰਗ ਰਹੇ ਹਾਂ ਅਸਲ ਵਿੱਚ ਉਹਨਾਂ ਦਾ ਪੰਚਾਇਤਾਂ ਦਾ ਕੋਈ ਉਹਦੇ ਰੋਲ ਨਹੀਂ ਹੈ ਜੀ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਜਿੰਨੀਆਂ ਵੀ ਅਸੀਂ ਪੰਜਾਬ ਦੇ ਵਿੱਚ ਕਿਸਾਨ ਵਾਹ ਰਹੇ ਹੈ ਉਹਨਾਂ ਦੇ ਮਾਲਕੀ ਹੱਕ ਦੇਵਾਂਗੇ ਇਹਨਾਂ ਨੇ ਉਲਟਾ ਉਸ ਨੂੰ ਸਾਰੇ ਨੂੰ ਜਿਹੜਾ ਕਾਨੂੰਨ ਨੂੰ ਬਦਲ ਕੇ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕਰਤਾ ਜੀ ਇਹ ਸਾਰੀਆਂ ਜ਼ਮੀਨਾਂ ਪੰਚਾਇਤਾਂ ਦੇ ਅਧੀਨ ਚੱਲੀਆਂ ਜਾਣ ਕਿਉਂਕਿ ਪੰਚਾਇਤਾਂ ਤੋਂ ਲੈ ਕੇ ਫਿਰ ਉਹੀ ਜਿਹਦੇ ਖਿਲਾਫ ਆਪਾਂ ਦਿੱਲੀ ਲੜਕਾ ਅਡਾਨੀ ਬਣੇ ਦੇਣ ਨੂੰ ਦੱਸਦਾ ਦੂਜੀ ਹੈ ਜਿਹੜੀ ਮੰਗ ਪੰਜਾਬ ਦੇ ਵਿੱਚ ਨਰਮਾ ਮਰਿਆ ਜੀ ਝੋਨਾ ਮਰਿਆ ਚਾਈਨਾ ਵਾਇਰਸ ਦੇ ਨਾਲ ਸਾਡੀਆਂ ਜਿਹੜੇ ਕਿੰਨੂ ਵਾਲੇ ਕਿਸਾਨ ਹੈ ਮੱਕੀ ਵਾਲੇ ਕਿਸਾਨ ਹੈ ਇਹ ਸਾਰਾ ਨੁਕਸਾਨ ਹੋਇਆ ਜਿਹੜਾ ਡਰੇਨਾਂ ਦਾ ਪਾਣੀ ਚੰਡੀਗੜ੍ਹੋਂ ਕੰਨੀ ਪਾਣੀ ਆ ਕੇ ਉਹਨਾਂ ਕਿਸਾਨਾਂ ਦਾ ਨੁਕਸਾਨ ਹੋਇਆ ਉਹ ਮੰਗ ਹੈ ਕਿ ਉਹਦਾ ਮੁਆਵਜ਼ਾ ਦਿੱਤਾ ਜਾਵੇ ਤੀਜਾ ਜਿਹੜੀ ਸਾਰੀ ਹਰ ਵਾਰੀ ਗੱਲ ਮੰਨ ਲੈਂਦੀ ਹੈ ਸਰਕਾਰ ਬਈ ਬੜੀ ਛੇਤੀ ਅਸੀਂ ਮਿਲਾਂ ਚਲਾਵਾਂਗੇ ਜੀ ਉਹ ਅੱਜ ਤੱਕ ਨਹੀਂ ਚੱਲੀਆਂ 5 ਤਰੀਕ ਦਾ ਵਾਅਦਾ ਕੀਤਾ ਸੀਗਾ ਉਹਦੇ ਨਾਲ ਆਉਣ ਨਾਲ ਨੁਕਸਾਨ ਕੀ ਹੋਣਾ ਜਿੰਨਾ ਜਿਵੇਂ ਆਪਾਂ ਝੋਨੇ ਦਾ ਕਹਿੰਦੇ ਹੁੰਦੇ ਹਾਂ ਵੀ ਲਵਾਈ ਲੇਟ ਹੋਣ ਕਰਕੇ ਮੌਸਮ ਖਰਾਬ ਹੋਣ ਕਰਕੇ ਉਹਦੀ ਸੈੱਲ ਵਧੂਗੀ ਇਹੀ ਹਾਲ ਗੰਨੇ ਦਾ ਵੀ ਕਿਸਾਨਾਂ ਦਾ ਉਹ ਜਿੰਨਾ ਲੇਟ ਹੋਊਗੀ ਜਦੋਂ ਗਰਮੀ ਆਊਗੀ ਉਹਦਾ ਵਜ਼ਨ ਘਟੂਗਾ ਉਹ ਵਜ਼ਨ ਘਟਣ ਕਰਕੇ ਕਿਸਾਨਾਂ ਦਾ ਨੁਕਸਾਨ ਇਸੇ ਕਰਕੇ ਆਪਾਂ ਮੰਗ ਕਹਿੰਦੇ ਸੀ ਵੀ ਜਿਹੜੀ 5 ਤਰੀਕ ਨੂੰ ਇਹ ਮੇਲਾ ਚੱਲਣੀ ਚਾਹੀਦੀਆਂ ਉਹ ਹਜੇ ਤੱਕ ਨਹੀਂ ਚੱਲੀਆਂ ਦੂਜੇ ਜਿਹੜੇ ਦਿੱਲੀ ਦੇ ਵਿੱਚ ਸਾਡੇ ਪਰਿਵਾਰ ਸ਼ਹੀਦ ਹੋਏ ਨੇ 800 ਸਾਨੂੰ ਉਹਨਾਂ ਦੀਆਂ ਭੈਣਾਂ ਉਹਨਾਂ ਦੀਆਂ ਮਾਵਾਂ ਉਹਨਾਂ ਦੇ ਵਾਰਸ ਅਜੇ ਵੀ ਧਰਨੇ ਤੇ ਬੈਠੇ ਉਹਨਾਂ ਨੂੰ ਨਾ ਨੌਕਰੀ ਨਾ ਮਾਲ ਇਹ ਮੰਗਾਂ ਸਾਰੀਆਂ ਨੇ ਮੰਨੀਆਂ ਹੋਈਆਂ ਇਕੱਲੀ ਇਕੱਲੀ ਗੱਲ ਤੇ ਇਸ਼ੂ ਹੋਇਆ ਹੈ ਜਾਣ ਬੁੱਝ ਕੇ ਇਹਨੂੰ ਦੂਜੇ ਪਾਸੇ ਨੂੰ ਲੈ ਕੇ ਜਾਣਾ ਬਈ ਜੀ ਪਹਿਲਾਂ ਇਹਨਾਂ ਨੇ ਮੀਟਿੰਗ ਲਈ ਧਰਨਾ ਲਾਉਣਾ ਫਿਰ ਸਾਡੀ ਮੰਗ ਮਨਾਉਣ ਲਈ ਧਰਨਾ ਲਾਉਣਾ ਜਿਹੜੇ ਉੱਧਰ ਨੂੰ ਗੱਲ ਕੱਢ ਕੇ ਸਵਾਲ ਉਹਦੀ ਗੱਲ ਦੀ ਉਹਦੀ ਜ਼ਬਾਨ ਚੋਂ ਇਹ ਲੱਗਦਾ ਸੀ ਵੀ ਮੇਰੇ 5 ਸਾਲ ਕੋਈ ਧਰਨਾ ਹੀ ਨਾ ਲਾਵੇ ਕੋਈ ਰੋਈ ਜਾਵੇ ਪਿੱਟੀ ਜਾਵੇ ਤੇ ਮੈਂ ਵਿਰੋਧੀਆਂ ਨੂੰ ਇਹ ਕਹਾਂ ਵੀ ਦੇਖੋ ਰਾਜ ਮੈਨੂੰ ਚਲਾਉਣਾ ਆਉਂਦਾ ਨਾ ਮੇਰੇ ਰਾਜ ਦੇ ਵਿੱਚ ਇੱਕ ਵੀ ਧਰਨਾ ਲਾਇਆ ਹੋਵੇ ਇੱਕ ਵੀ ਕੋਈ ਟੈਂਕੀ ਤੇ ਚੜਿਆ ਹੋਵੇ ਇੱਕ ਵੀ ਰਜੇਗਾਰ ਨੇ ਕੋਈ ਹੱਕ ਮੰਨੇ ਹੋਣ ਤੇ ਜਦੋਂ ਕਿਤੇ ਕਿਸੇ ਨੂੰ ਲੋੜ ਪਵੇ ਕਿਉਂਕਿ ਜਿਹੋ ਜਿਹਾ ਸਮਾਜ ਦੇ ਵਿੱਚ ਇਹਨਾਂ ਨੇ ਸਰਕਾਰਾਂ ਨੇ ਸਾਨੂੰ ਮਜਬੂਰ ਕੀਤਾ ਇੱਥੇ ਪਤਾ ਨੀ ਕਿਸੇ ਕਿਸਾਨ ਨੇ ਕੁਛ ਕੁਛ ਕਰਦੇ ਕੋਈ ਭੈਣ ਕੁੱਟ ਕੁਛ ਕਰਦੇ ਜਾਂ ਕੋਈ ਹੋਰ ਪਰਿਵਾਰ ਨੂੰ ਕੋਈ ਹਾਦਸਾ ਵਾਪਰ ਜੇ ਤਾਂ ਉਹ ਪਰਿਵਾਰ ਫਿਰ ਆਪਦਾ ਇਨਸਾਫ ਲੈਣ ਲਈ ਸੜਕ ਤੇ ਆਊਗਾ ਹਾਂਜੀ ਤੇ ਫਿਰ ਜਦੋਂ ਸੜਕ ਤੇ ਆਊਗਾ ਵੀ ਸਵਾਲ ਇਹ ਹੋਊਗਾ ਵੀ ਉਹਨਾਂ ਨੇ ਫਿਰ ਮੋਰਚੇ ਵਾਲੇ ਉਦੋਂ ਆਏ ਸੀ ਉਹਨਾਂ ਨੇ ਕੀ ਲੈ ਲਿਆ ਤਾਂ ਉਧਰ ਨੂੰ ਵੀ ਜਾਣੇ ਰੋਕ ਰਿਹਾ ਵੀ ਮੇਰੇ ਤੋਂ ਕੋਈ ਉਹ ਵੀ ਨਾ ਮੰਗੇ ਬੜੇ ਟੇਢੇ ਢੰਗ ਦੇ ਨਾਲ ਉਹਨਾਂ ਨੇ ਸਾਨੂੰ ਖਾਲਿਸਤਾਨੀ ਕਿਹਾ ਕੁਛ ਕਿਹਾ ਜਦੋਂ ਬੀਜੇਪੀ ਨੇ ਇਹਨੇ ਤਾਂ ਸਿੱਧੇ ਹੀ ਕਹਿਤਾ ਵੀ ਤਾਂ ਪੈਸੇ ਕਮਾਉਣ ਵਾਲੇ ਤਾਂ ਫੰਡ ਇਕੱਠੇ ਕਰਨ ਵਾਲੇ ਬਿਲਕੁਲ ਜੀ ਹਨਾ ਆਪਦੇ ਚਲੋ ਉਹਨਾਂ ਨੇ ਵੀ ਕਹਿਣਾ ਹੁੰਦਾ ਹੈ ਸਾਡੇ ਜਿਹੜੇ ਪ੍ਰਧਾਨ ਮੰਤਰੀ ਸੀ ਉਹਨੇ ਸਾਡੇ ਵਿਰੋਧੀ ਇਕੱਠੇ ਕਰੇ ਜਿਹੜੇ ਕਿਸਾਨ ਮੋਰਚੇ ਦੇ ਨਾਲ ਸ਼ਾਮਲ ਨਹੀਂ ਸੀ ਇਹ ਤਾਂ ਉਦੋਂ ਵੀ ਮੂਹਰੇ ਨਿਕਲਿਆ ਇਹਨੇ ਸਾਡੇ ਹੀ ਜਿਹੜੇ ਉਹ ਦਿੱਲੀ ਮੋਰਚੇ ਦੇ ਨਾਲ ਸਾਡੇ ਹੀ ਆਗੂ ਸਾਡੇ ਹੀ ਵਰਕਰ ਇਕੱਠੇ ਰਹੇ ਉਹਨਾਂ ਜੀ ਬੁਲਾ ਲਏ ਬਿਲਕੁਲ ਜੀ ਜਾਣੇ ਉਹਦੇ ਨਾਲੋਂ ਨੀਤੀ ਪਾਲਿਸੀ ਚ ਜੇ ਕਹਿਣਾ ਹੋਵੇ ਉਹ ਮੈਨੂੰ ਲੱਗਦਾ ਵੀ 8 ਸਾਲਾਂ ਦੇ ਵਿੱਚ ਉੱਥੇ ਆਇਆ ਇਹ 8 ਮਹੀਨਿਆਂ ਚ ਉੱਥੇ ਬਿਲਕੁਲ ਜਾਣੇ ਉਹਨੂੰ ਪਾਰ ਕਰ ਰਿਹਾ ਜਿਹੜੀ ਆਪਾਂ ਕਰ ਰਹੇ ਹਾਂ ਵੀ ਗਾਈਡ ਦੇ ਤਹਿਤ ਜਿਹੜੀਆਂ ਉਹ ਨੀਤੀਆਂ ਨੂੰ ਲਾਗੂ ਕਰਦੇ ਸ਼ਬਦਾਵਲੀ ਚ ਉਹਦੇ ਨਾਲੋਂ ਅੱਗੇ ਪ੍ਰਧਾਨ ਜੀ ਦਾ ਕੀ ਹਾਲ ਚਾਲ ਹੈ ਜੀ ਕੱਲ ਸਿਹਤ ਜਿਹੜੇ ਵਿਗੜ ਗਈ ਸੀ ਚਲੋ ਅਸੀਂ ਆਪਾਂ ਇਕੱਲੀ ਸਿਹਤ ਲਈ ਨਹੀਂ ਬੈਠੇ ਸਿਹਤਾਂ ਵਿਗੜਦੀਆਂ ਹੀ ਹੁੰਦੀਆਂ ਨੀਤੀ ਕੀ ਸਟੈਂਡ ਕਰਦੀ ਹੈ ਸਰਕਾਰ ਮਨ ਲਾਗੂ ਕਰਦੀ ਹੈ ਨਹੀਂ ਕਰਦੀ ਸਿਹਤ ਵਿਗੜਦੀ ਰਹੂ ਸਿਹਤ ਠੀਕ ਹੁੰਦੀ ਰਹੂ ਉਹ